ਪਿਆਨਕ ਹਾਸੇ ਲਗਾਤਾਰ ਵਾਪਰ ਰਹੇ ਨੇ ਤੇ ਹੁਣ ਅਜਿਹਾ ਇੱਕ ਭਿਆਨਕ ਹਾਸਾ ਆਦੂ ਵਾਪਰਿਆ ਜਦੋਂ ਇੱਕ ਵਿਅਕਤੀ ਦੇ ਸਾਹਮਣੇ ਮਾਤੀ ਦੀ ਤੜਪ ਤੜਪ ਕੇ ਮੌਤ ਹੋ ਗਈ ਕਿੱਥੇ ਵਾਪਰਿਆ ਹੈ ਹਾਸਾ ਤੇ ਕਿਵੇਂ ਵਾਪਰਿਆ ਹੈ ਹਾਸਾ ਇਸ ਰਿਪੋਰਟ ਦੇ ਵਿੱਚ ਦੱਸਦੇ ਹਾਂ ਤੇ ਇੱਕ ਬਹੁਤ ਹੀ ਦਰਦਨਾਕ ਹਾਸਾ ਵਾਪਰਨ ਦੀ ਖਬਰ ਸਾਹਮਣੇ ਆਈ ਹੈ ਜਿੱਥੇ ਇੱਕ ਸਟੇਡੀਅਮ ਦੇ ਵਿੱਚ ਹੋਰਡਿੰਗ ਇੱਕ ਸਕੋਰਪਿਓ ਦੇ ਉੱਪਰ ਡਿੱਗਿਆ ਹਾਦਸੇ ਦੇ ਵਿੱਚ ਸਕੋਰਪਿਓ ਦੇ ਵਿੱਚ ਸਵਾਰ ਮਾਤੀ ਸਮੇਤ ਤਿੰਨ ਲੋਕ ਮਲਵੇ ਦੇ ਹੇਠ ਦੱਬ ਗਏ ਪੁਲਿਸ ਫਾਇਰ ਬ੍ਰਿਗੇਡ ਅਤੇ ਐਸ ਡੀ ਆਰ ਐਫ ਦੇ ਕਰਮਚਾਰੀਆਂ ਨੇ ਸਾਰਿਆਂ ਨੂੰ ਬਚਾਇਆ ਅਤੇ ਹਸਪਤਾਲ ਪਹੁੰਚਾਇਆ ਜਿੱਥੇ ਡਾਕਟਰਾਂ ਨੇ ਮਾਤੀ ਨੂੰ ਮ੍ਰਿਤਕ ਐਲਾਨ ਦਿੱਤਾ ਸਕੋਰਪਿਓ ਚਲਾ ਰੇ ਵਿਅਕਤੀ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਉਸ ਦਾ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ ਲਖਨਊ ਦੇ ਇੰਦਰਾ ਨਗਰ ਸੀ ਬਲੋਕ ਦੀ ਰਹਿਣ ਵਾਲੀ ਪ੍ਰੀਤੀ ਚੱਕੀ ਬੀਤੀ ਕੱਲ ਆਪਣੀ ਬੇਟੀ ਐਂਜਲ ਜਿਸ ਦੀ ਉਮਰ 15 ਸਾਲ ਦੱਸੀ ਜਾ ਰਹੀ ਹੈ ਉਸ ਦੇ ਨਾਲ ਸਕੋਰਪਿਓ ਗੱਡੀ ਤੇ ਨਿਕਲੀ ਸੀ ਸਕੋਰਪਿਓ ਨੂੰ ਸਰਤਾਜ ਖਾਨ ਚਲਾ ਰਿਹਾ ਸੀ ਤੇ ਉਹ ਇੱਧਰ ਉੱਧਰ ਘੁੰਮਦੇ ਹੋਏ ਇਕਾਨਾ ਸਟੇਡੀਅਮ ਦੇ ਕੋਲ ਲੰਘ ਰਹੇ ਸਨ ਫਿਰ ਸਟੇਡੀਅਮ ਦੇ ਅੰਦਰ ਗੇਟ ਨੰਬਰ 1 ਅਤੇ 2 ਦੇ ਵਿਚਕਾਰ ਹੋਡਿੰਗ ਐਸਯੂਵੀ ਤੇ ਡਿੱਗ ਗਿਆ ਤਿੰਨੋਂ ਲੋਕ ਮਲਵੇ ਦੇ ਹੇਠ ਦਬ ਗਏ ਹਾਦਸਾ ਹੁੰਦਾ ਦੇਖ ਰਾਹਗੀਰਾਂ ਨੇ ਪੁਲਿਸ ਨੂੰ ਸੂਚਨਾ ਦਿੱਤੀ ਕੁਝ ਹੀ ਦੇਰ ਦੇ ਵਿੱਚ ਪੁਲਿਸ ਫੋਰ ਬ੍ਰਿਗੇਡ ਅਤੇ ਫਿਰ ਐਸਟੀਆਰਐਫ ਦੇ ਕਰਮਚਾਰੀ ਮੌਕੇ ਤੇ ਪਹੁੰਚ ਗਏ ਕਰੀਬ 1.5 ਘੰਟੇ ਦੀ ਕੋਸ਼ਿਸ਼ ਤੋਂ ਬਾਅਦ ਤਿੰਨਾਂ ਨੂੰ ਬਾਹਰ ਕੱਢਿਆ ਗਿਆ ਪੁਲਿਸ ਤਿੰਨਾਂ ਨੂੰ ਹਸਪਤਾਲ ਲੈ ਗਈ ਜਿੱਥੇ ਡਾਕਟਰਾਂ ਨੇ ਦੱਸਿਆ ਕਿ ਪ੍ਰੀਤੀ ਅਤੇ ਏਂਜਲ ਦੀ ਮੌਤ ਹੋ ਚੁੱਕੀ ਹੈ ਸਰਤਾਜ ਦੇ ਸਿਰ ਤੇ ਅਤੇ ਸਰੀਰ ਤੇ 3 ਤੋਂ 4 ਥਾਵਾਂ ਤੇ ਡੰਗੀਆਂ ਸੱਟਾਂ ਵੱਜੀਆਂ ਨੇ ਬਿਲਬੋਰਡ ਬਹੁਤ ਵੱਟਾ ਸੀ ਇਹ ਇੱਕ ਵੱਡੇ ਲੋਹੇ ਦੇ ਕੋਨ ਤੇ ਟਿਕਿਆ ਹੋਇਆ ਸੀ ਹਾਦਸੇ ਸਮੇਂ ਹਲਕੀ ਹਵਾਵਾਂ ਚੱਲ ਰਹੀਆਂ ਸਨ ਜਿਸ ਦੇ ਕਾਰਨ ਪੁਲਿਸ ਪ੍ਰਸ਼ਾਸਨ ਦੇ ਅਧਿਕਾਰੀ ਵੀ ਹੈਰਾਨ ਨੇ ਕਿ ਨਾ ਤਾਂ ਕੋਈ ਤੇਜ਼ ਹੰਨੇਰੀ ਆਈ ਅਤੇ ਨਾ ਹੀ ਕੋਈ ਅਜੀਹਾ ਕੰਮ ਚੱਲ ਰਿਹਾ ਸੀ ਜਿਸ ਦੇ ਕਾਰਨ ਹੋਡਿੰਗ ਟਿਕ ਜਾਵੇ ਵੱਡੀ ਲਾਪਰਵਾਹੀ ਹੋਣ ਦੀ ਸੰਭਾਵਨਾ ਹੈ ਜਦੋਂ ਜਾਂਚ ਹੋਵੇਗੀ ਤਾਂ ਸਾਰੇ ਤੱਥ ਸਾਹਮਣੇ ਆਉਣਗੇ ਬਹੁਤ ਹੀ ਤਰਤਨਾਕ ਹਾਸਾ ਵਾਪਰਿਆ ਜਿਸ ਦੇ ਵਿੱਚ ਮਾਤੀ ਦੀ ਮੁੱਖੀ ਤੇ ਹੀ ਮੋਤ ਹੋ ਗਈ ਹਾਲਾਂਕਿ ਡਰਾਈਵਰ ਨੂੰ ਬਚਾ ਲਿਆ ਗਿਆ ਪ੍ਰੀਤੀ ਅਤੇ ਉਸਦੇ ਪਤੀ ਦੀਪਕ ਦਾ 8 ਸਾਲ ਪਹਿਲਾਂ ਹੀ ਤਲਾਕ ਹੋ ਗਿਆ ਸੀ ਉਦੋਂ ਤੋਂ ਹੀ ਉਹ ਆਪਣੀ ਮਾਂ ਤੇ ਭਰਾ ਦੇ ਨਾਲ ਆਪਣੀ ਨਾਨਕੇ ਘਰ ਰਹਿੰਦੀ ਸੀ ਪ੍ਰੀਤੀ ਦੇ ਪਿਤਾ ਦਾ ਤੇ ਹਾਂਤ ਹੋ ਚੁੱਕਿਆ ਹੈ ਤੇ 3 ਐਂਜਲ ਗੁਰੂਕੁਲ ਅਕੈਡਮੀ ਦੇ ਵਿੱਚ 8ਵੀਂ ਜਮਾਤ ਦੇ ਵਿੱਚ ਪੜ੍ਹਦੀ ਸੀ। ਪ੍ਰੀਤੀ ਦੇ ਭਰਾ ਮੋਹਿਤ ਜੱਗੀ ਨੇ ਦੱਸਿਆ ਕਿ ਭੈਣ ਨੇ ਸੋਮਵਾਰ ਨੂੰ ਵਰਤ ਰੱਖਿਆ ਹੋਇਆ ਸੀ। ਉਹ ਬਾਹਰ ਜੂਸ ਪੀਣ ਦੇ ਲਈ ਗਈ ਹੋਏ ਸਨ। ਉਸਨੇ ਇਸ ਬਹਾਨੇ ਤੀਨੂੰ ਬਾਹਰ ਲੈ ਜਾਣ ਦੀ ਗੱਲ ਕੀਤੀ ਸੀ ਪਰ ਉਸ ਨੂੰ ਕੱਠ ਹੀ ਪਤਾ ਸੀ ਕਿ ਹੁਣ ਉਹ ਕਦੇ ਵੀ ਘਰ ਵਾਪਸ ਨਹੀਂ ਆਉਣਗੇ। ਹਾਦਸੇ ਤੋਂ ਬਾਅਦ ਫੋਰੈਂਸਿਕ ਟੀਮ ਵੀ ਮੌਕੇ ਤੇ ਪਹੁੰਚੀ ਅਤੇ ਜਾਂਚ ਸ਼ੁਰੂ ਕਰ ਦਿੱਤੀ। ਸਾਰੇ ਥਾਂ ਤੇ ਇਕੱਠੇ ਕੀਤੇ ਗਏ ਤੇ ਪ੍ਰਸ਼ਾਸਨਿਕ ਅਧਿਕਾਰੀ ਵੀ ਮੌਕੇ ਤੇ ਪਹੁੰਚ ਗਏ। ਐਲ ਡੀਏ ਦੇ ਅਧਿਕਾਰੀ ਅਤੇ ਸਿਟੀ ਟੀਮ ਨੇ ਆਪਣੇ ਪੱਧਰ ਤੋਂ ਜਾਂਚ ਸ਼ੁਰੂ ਕਰ ਦਿੱਤੀ ਹੈ ਕਿ ਹਾਦਸੇ ਦੇ ਪਿੱਛੇ ਕੀ ਕਾਰਨ ਰਹੇ ਨੇ। ਹੋਰ ਵਿਭਾਗਾਂ ਦੀਆਂ ਟੀਮਾਂ ਵੀ ਮੌਕੇ ਤੇ ਪਹੁੰਚ ਗਈਆਂ। ਸੂਚਨਾ ਮਿਲਨ ਤੇ ਪੁਲਿਸ ਫਾਇਰ ਬ੍ਰਿਗੇਡ ਅਤੇ ਐਸ ਡੀਆਰਐਫ ਦੀਆਂ ਟੀਮਾਂ ਤੁਰੰਤ ਪਹੁੰਚ ਗਈਆਂ। ਬਚਾਅ ਕਾਰਜ ਬਹੁਤ ਹੀ ਘੱਟ ਸਮੇਂ ਦੇ ਵਿੱਚ ਪੂਰਾ ਹੋ ਗਿਆ। ਹਾਦਸੇ ਦੇ ਵਿੱਚ ਦੋ ਦੀ ਮੌਤ ਹੋ ਗਈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਹਾਸੇ ਦੇ ਵਿੱਚ ਦੇਰ ਰਾਤ ਜ਼ਖਮੀ ਹੋਏ ਸਰਤਾਜ ਤੇ ਭਰਾ ਦੀ ਸ਼ਿਕਾਇਤ ਤੇ ਹਾਸੇ ਦੇ ਵਿੱਚ ਦੇਰ ਰਾਤ ਜ਼ਖਮੀ ਹੋਏ ਸਰਤਾਜ ਤੇ ਭਰਾ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰ ਲਿਆ ਗਿਆ। ਫਿਲਹਾਲ ਪੁਲਿਸ ਦੇ ਵੱਲੋਂ ਮਾਮਲੇ ਦੀ ਸਾਰੀ ਜਾਂਚ ਕੀਤੀ ਜਾ ਰਹੀ ਹੈ।